ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਲਖਵਿੰਦਰ ਕੌਰ, ਹੈਂਡ ਟੂ ਹੈਂਡ NGO ਤੋਂ ਸੋਸ਼ਲ ਵਰਕਰ। ਅਤੇ ਮੈਨੂੰ ਇਹ ਬਹੁਤ ਵਧੀਆ ਲੱਗਦਾ ਜਦੋਂ ਸੇਵਾ ਕਰਦੇ ਆ। ਇਹਨਾਂ ਨੇ ਮੇਰੀ ਮੰਮਾ ਦੀ ਹੈਲਪ ਕੀਤੀ ਸੀ, ਜਿਸ ਟਾਈਮ ਸਾਡੇ ਨਾਲ ਕੋਈ ਨਹੀਂ ਸੀ ਖੜਿਆ, ਇਹ ਖੜ੍ਹੇ ਸੀਗੇ। ਇਸ ਲਈ ਮੈਂ ਇਹਨਾਂ ਦੇ ਨਾਲ ਸੇਵਾ ਦਾ ਮਤਲਬ ਕਿ ਜਿੱਦਾਂ ਤੁਸੀਂ ਮੰਨ ਲਓ ਕਿ ਕੋਈ ਜਿੱਦਾਂ ਆਪਾਂ ਕਿਸੇ ਦੀ ਪੈਸੇ ਵੱਲੋਂ ਹੈਲਪ ਨਹੀਂ ਕਰ ਸਕਦੇ, ਅਤੇ ਇਹਨਾਂ ਲਈ ਟਾਈਮ ਕੱਢ ਕੇ ਅਸੀਂ ਇਹਨਾਂ ਨਾਲ ਖੜ੍ਹੇ ਹੁੰਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਂਡ ਟੂ ਹੈਂਡ NGO ਜੋਨ ਐਂਡ ਹਨੀ, ਅੱਜ ਅਸੀਂ ਇੱਥੇ ਕੈਂਪ ਲਾਇਆ ਹੋਇਆ ਸੀਗਾ ਮਿੰਨੀ ਰੋਜ਼ ਗਾਰਡਨ ਦੇ ਕੋਲ। ਇੱਕ ਛੋਟਾ ਜਿਹਾ ਬੱਚਾ ਜਿਹਦੀ ਕਿ ਸਿਰ 'ਤੇ ਸੱਟ ਲੱਗੀ ਹੋਈ ਸੀਗੀ, ਉਹਦੇ ਮਾਇੰਡ ਦੇ ਵਿੱਚ ਪਸ ਵਗੈਰਾ ਭਰ ਗਈ ਸੀ। ਉਹਦੇ ਫਾਦਰ ਦੇ ਘਰਦਿਆਂ ਕੋਲ ਬਿਲਕੁਲ ਵੀ ਇਲਾਜ ਕਰਾਉਣ ਲਈ ਪੈਸੇ ਨਹੀਂ ਸੀਗੇ। ਜਿਸ ਮੌਕੇ 'ਤੇ ਜਦੋਂ ਇਹ ਸਾਡੇ ਕੋਲ ਕਿਸੇ ਡੋਨਰ ਦਾ ਫੋਨ ਆਇਆ ਕਿ ਇੱਦਾਂ ਕਰਕੇ ਉਹ ਵਿਚਾਰੇ ਇਲਾਜ ਵੀ ਨਹੀਂ ਕਰਾ ਪਾ ਰਹੇ, ਅਸੀਂ ਮੌਕੇ 'ਤੇ ਜਾ ਕੇ ਦੇਖਿਆ ਉਹਨਾਂ ਦੇ ਹਾਲਾਤ ਦੇਖੇ, ਉਹਨਾਂ ਦੀ ਇੱਕੋ ਹੀ ਕਿੰਨੀ ਵਧੀਆ ਗੁੱਡਵਿਲ, ਇੰਨੀ ਕੱਚੀ ਲੱਗੀ ਨਾ ਉਹਨਾਂ ਨੂੰ। ਅਨਮੋਲ ਨੇ ਵੀ ਉਹਨਾਂ ਦੀ ਹੈਲਪ ਕੀਤੀ ਹੈ, ਬਟ 32,000 ਦੀ, ਬਟ ਉਸ ਇਨਸਾਨ ਨੇ ਉਹਦੇ ਵਿੱਚੋਂ ਰੋਟੀ ਨਹੀਂ ਖਾਧੀ, ਉਹਨੇ ਪੂਰੀਆਂ ਪਰਚੀਆਂ ਦੇ ਪੂਰੇ ਬਿੱਲ ਉਹਨੂੰ ਅਨਮੋਲ ਨੂੰ ਵਾਪਸ ਦਿੱਤੇ ਆ। ਬਟ ਜਦੋਂ ਅਸੀਂ ਪੁੱਛਿਆ ਕਿ ਤੁਸੀਂ, ਕਹਿੰਦੇ ਸਰ ਅਸੀਂ ਤਾਂ ਇੱਥੋਂ ਲੈ ਦੇ ਕੇ ਰੋਟੀ ਖਾ ਰਹੇ ਹਾਂ, ਚਲੋ ਜੋ ਵੀ ਅਸੀਂ ਆਪਣੇ ਕੋਲ ਤਾਂ ਕੁਛ ਨਹੀਂ ਦੇ ਰਹੇ, ਜੋ ਵੀ ਅਸੀਂ ਕੈਂਪ ਲਾਇਆ ਹੋਇਆ ਸੀਗਾ ਕਿਸੇ ਹੋਰ ਪੇਸ਼ੈਂਟ ਲਈ, ਅਸੀਂ ਉਹਦੇ ਵਿੱਚੋਂ ਥੋੜ੍ਹੇ ਜਿਹੇ ਪੈਸੇ ਉਹਨਾਂ ਨੂੰ ਦੇ ਕੇ ਆਏ ਕਿ ਤੁਸੀਂ ਇਹ ਇਲਾਜ ਵਾਸਤੇ ਨਹੀਂ, ਤੁਸੀਂ ਇਹ ਆਪਣੀ ਰੋਟੀ ਵਾਸਤੇ ਕਰੋ, ਅਤੇ ਬਾਕੀ ਅਸੀਂ ਤੁਹਾਡੇ ਬੱਚੇ ਦਾ ਇਲਾਜ ਕਰਵਾਵਾਂਗੇ। ਅੱਜ 3 ਦਿਨ ਹੋ ਗਏ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ, ਬਲੱਡ ਦੀ ਵੀ ਕਰ ਰਹੇ ਹਾਂ ਅਤੇ ਰਾਸ਼ਨ ਵੱਲੋਂ ਵੀ ਕਰ ਰਹੇ ਹਾਂ ਕਿ ਜਿੰਨੀ ਕੁ ਹੁੰਦੀ ਅਸੀਂ ਵੱਧ ਤੋਂ ਵੱਧ ਕਰੀਏ। ਅੱਜ ਸਾਨੂੰ ਸਾਡੀ NGO ਸ਼ੁਰੂ ਕੀਤੇ 1 ਸਾਲ ਹੋਣ ਲੱਗਾ ਜੀ, ਆ ਮਾਰਚ ਦੇ ਵਿੱਚ 1 ਸਾਲ ਹੋ ਜਾਣਾ ਆ। ਅਤੇ ਮੇਰਾ ਨਾਮ ਹਰਪ੍ਰੀਤ ਹਨੀ ਹੈ ਵੈਸੇ, ਅਤੇ ਅਸੀਂ ਵੀ ਇੱਕ ਸੋਸ਼ਲ ਵਰਕਰ ਦੇ ਤੌਰ 'ਤੇ ਪਹਿਲਾਂ ਅਸੀਂ ਆਪਣੇ ਫਰੈਂਡ ਵਾਸਤੇ ਖੜ੍ਹੇ ਸੀਗੇ। ਪਹਿਲੇ ਦਿਨ ਤਾਂ ਚਲੋ ਬਹੁਤ ਸ਼ਰਮ ਜੀ ਮਹਿਸੂਸ ਹੋਈ ਹੈ ਕਿ, ਬਟ ਸਾਨੂੰ ਉਦੋਂ ਅਹਿਸਾਸ ਜ਼ਿਆਦਾ ਵਧੀਆ ਲੱਗਾ ਜਦੋਂ ਅਸੀਂ ਇਹ ਡੋਨੇਟ ਇਕੱਠੀ ਕਰਕੇ ਜਦੋਂ ਅਸੀਂ ਉਹਨਾਂ ਨੂੰ ਦੇਣਗੇ, ਹੈ ਨਾ, ਜੋ ਉਹਨਾਂ ਦੇ ਮੂੰਹ ਦੇ ਵਰਡ ਸੀਗੇ, ਜੋ ਉਹਨਾਂ ਨੇ ਸਾਨੂੰ ਸੀਸ ਦਿੱਤੀ, ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਕਿ ਉਹ ਵਾਕਈ ਉਸ ਸੀਸ ਕਰਕੇ ਹੀ ਅਸੀਂ ਇਸ ਰੋਡ 'ਤੇ ਖੜ੍ਹਨਾ ਸ਼ੁਰੂ ਹੋਏ। ਅਸੀਂ ਪਹਿਲਾਂ ਮੈਂ ਔਰ ਜੌਨ ਇੱਕ ਮੁੰਡਾ ਹੋਰ ਹੁੰਦਾ ਸੀ, ਅਸੀਂ 3-4 ਜਣੇ ਮੁੰਡੇ ਖੜ੍ਹਦੇ ਸੀਗੇ, 4 ਤੋਂ ਬਾਅਦ 5 ਤੋਂ ਬਾਅਦ 6, ਇੱਦਾਂ ਜਿੱਦਾਂ ਜਿਹਨਾਂ ਨੂੰ ਅੱਛਾ ਲੱਗਾ ਆਉਣ ਲੱਗ ਗਏ ਆ। ਕੁਛ ਸਕੂਲ ਦੇ ਬੱਚੇ ਵੀ ਆਉਣੇ ਸ਼ੁਰੂ ਹੋ ਗਏ ਆ, ਜਿਨ੍ਹਾਂ ਦੇ ਪੇਰੈਂਟਸ ਖੁਦ ਭੇਜਦੇ ਉਹਨਾਂ ਨੂੰ ਸਾਡੇ ਨਾਲ ਕਿ ਸਾਡੇ ਬੱਚੇ ਇੱਕ ਤਾਂ ਗਲਤ ਰਾਹ 'ਤੇ ਨਹੀਂ ਜਾ ਰਹੇ ਔਰ ਸਹੀ ਜਗ੍ਹਾ 'ਤੇ ਜਾ ਰਹੇ ਆ, ਕਿ ਇਹ ਨਸ਼ੇ ਤੋਂ ਵੀ ਬਚੇ ਹੋਏ ਆ ਔਰ ਇੱਕ ਵਧੀਆ ਮੈਸੇਜ ਦੇ ਰਹੇ ਆ। ਉਹ ਦੇਖੋ ਸ਼ਾਮ ਨੂੰ ਟੋਟਲੀ ਸਾਨੂੰ ਫੋਨ ਕਰਕੇ ਪੁੱਛਦੇ ਆ ਕਿ ਸਰ ਅੱਜ ਕਿਤੇ ਕਿਸੇ ਦੀ ਹੈਲਪ ਕਰਨੀ ਹੈ ਜਾਂ ਨਹੀਂ ਕਰਨੀ, ਉਹਦਾ ਮਾਂ ਬਾਪ ਵੀ ਸਾਨੂੰ ਇੱਥੇ ਤੱਕ ਪੁੱਛਦੇ ਆ। ਔਰ ਸਾਡੇ ਕੋਲ ਇੱਦਾਂ ਦੇ ਵੀ ਕੁਛ ਘਰ ਹੈਗੇ ਆ ਜਿਨ੍ਹਾਂ ਦੇ ਅਸੀਂ ਮੰਥਲੀ ਰਾਸ਼ਨ ਲਾਏ ਹੋਏ ਆ, ਔਰ ਕਈਆਂ ਦੀ ਮੈਡੀਸਨ ਚੱਲ ਰਹੀ ਆ, ਅਸੀਂ ਉਹਨਾਂ ਨੂੰ ਡੇਲੀ ਵਾਈਜ਼ ਮੈਡੀਸਨ, ਕਈਆਂ ਦੀ ਡੇਲੀ ਮੈਡੀਸਨ ਜਾ ਰਹੀ ਹੈ ਜਾਂ ਕਈਆਂ ਦੀ ਮੰਥਲੀ ਮੈਡੀਸਨ ਜਾ ਰਹੀ ਆ, ਬਟ ਅਸੀਂ ਆਪਣੇ ਕੋਲ ਨਹੀਂ ਕਰ ਰਹੇ, ਅਸੀਂ ਇਹ ਸਿਰਫ ਲੋਕਾਂ ਦੀ ਸਹਾਇਤਾ ਨਾਲ ਹੀ ਕਰ ਰਹੇ ਹਾਂ, ਜੋ ਸਾਨੂੰ ਖੜਿਆਂ ਨੂੰ ਦੇਖ ਕੇ ਕੈਂਪ 'ਤੇ ਡੋਨੇਟ ਕਰਦੇ ਆ। ਚਲੋ ਜੋ ਕੋਈ ਸਾਡੇ ਬਾਰੇ ਚੰਗਾ ਵੀ ਕਹਿੰਦਾ ਆ ਉਹ ਵੀ ਵੈਲਨ ਆ, ਜੋ ਕੋਈ ਮਾੜਾ ਕਹਿੰਦਾ ਉਹ ਵੀ ਵੈਲਨ ਆ, ਬਟ ਇਹ ਤਾਂ ਸਾਡਾ ਰੱਬ ਜਾਣਦਾ ਨਾ ਅਸੀਂ ਕਿੱਦਾਂ ਦੇ ਆ ਕਿੱਦਾਂ ਦੇ ਨਹੀਂ, ਜਾਂ ਇਹ ਉਹ ਲੋਕ ਜਾਣਦੇ ਆ ਜਿਨ੍ਹਾਂ ਦੀ ਅਸੀਂ ਹੈਲਪ ਕੀਤੀ ਹੋਈ ਆ ਔਰ ਜਿਨ੍ਹਾਂ ਦੀ ਅਸੀਂ ਕਰ ਰਹੇ ਹਾਂ। ਇਹ ਉਹੀ ਲੋਕ ਸਮਝ ਸਕਦੇ ਆ ਕਿ ਹਾਂ ਵਾਕਈ ਕਿਸੇ ਲਈ ਖੜ੍ਹਨਾ ਔਰ ਕਿੱਦਾਂ ਦਾ ਹੁੰਦਾ ਆ, ਕਿੱਦਾਂ ਦਾ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਵਿਨਾਸ਼ ਹੈ ਅਤੇ ਸਾਨੂੰ ਆਪਣਾ ਇਹੀ NGO ਚਲਾਉਂਦੇ ਹਾਂ, ਸਾਨੂੰ 1 ਸਾਲ ਹੋ ਗਿਆ ਹੈਗਾ ਆਪਣਾ NGO ਚਲਾਉਂਦੇ ਹੋਏ ਨੂੰ, ਹੈਂਡ ਟੂ ਹੈਂਡ ਸੋਸ਼ਲ ਵਰਕਰ ਲੁਧਿਆਣਾ, ਸਾਡਾ ਬਾਬਾ ਸਾਹਿਬ ਸੀ ਜੋ ਕੋਧੜ ਆਪਣਾ ਆਫਿਸ ਹੈਗਾ। ਅਤੇ ਅਸੀਂ ਮਤਲਬ ਕਿ ਜਿੱਦਾਂ ਗਰੀਬ ਬੰਦੇ ਆਪਣਾ ਬੱਚੇ ਹੁੰਦੇ ਆ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਨਾ ਆਪਣਾ, ਅਤੇ ਜਿਵੇਂ ਲੋਕ ਹੁੰਦੇ ਜਿਵੇਂ ਘਰੇ ਪਏ ਆ ਪੈਸੇ ਦੇ ਕਰਕੇ ਆਪਣਾ ਇਲਾਜ ਨਹੀਂ ਕਰਾ ਪਾਉਂਦੇ, ਅਸੀਂ ਉਹਨਾਂ ਦਾ ਇਲਾਜ ਕਰਵਾਉਂਦੇ ਹਾਂ ਅਤੇ ਆਪਣਾ ਮੰਥਲੀ ਰਾਸ਼ਨ ਵੀ ਦਿੰਦੇ ਹਾਂ ਉਹਨਾਂ ਨੂੰ ਵਿਚਾਰਿਆਂ ਨੂੰ, ਜੋ ਮਤਲਬ ਕਿ ਘਰ ਦੀ ਕੰਡੀਸ਼ਨ ਮਾੜੀ ਹੁੰਦੀ ਕਿਸੇ ਦੀ ਵੀ ਕੋਈ ਵੀ, ਅਤੇ ਆਪਾਂ ਉਹਦੇ ਅਕੋਰਡਿੰਗ ਹੀ ਆਪਾਂ ਜੋ ਵੀ ਆਪਣਾ ਹੁੰਦਾ ਸਾਡਾ ਉਹਦੀ ਹੈਲਪ ਪ੍ਰੋਪਰ ਕਰਦੇ ਹਾਂ ਅਸੀਂ। ਅਤੇ ਸਾਡਾ ਜਿਹੜਾ ਆਪਣਾ ਡੋਨੇਸ਼ਨ ਦਾ ਜਿਹੜਾ ਸਾਡਾ ਜਿਹੜਾ ਪ੍ਰੋਸੀਜਰ ਹੈਗਾ ਆਪਣਾ, ਅਸੀਂ ਸੜਕ 'ਤੇ ਖੜ੍ਹੇ ਹੋ ਕੇ ਕੈਂਪ ਲਗਾਉਂਦੇ ਹਾਂ, ਕੈਂਪ ਲਗਾਉਂਦੇ ਉਹਦੇ ਵਿੱਚ ਜੋ ਡੋਨੇਸ਼ਨ ਸਾਨੂੰ ਆਉਂਦੀ, ਕੋਈ 10 ਪਾਉਂਦਾ, ਕੋਈ 20 ਪਾਉਂਦਾ, ਕੋਈ 50 ਪਾਉਂਦਾ, ਕੋਈ 100 ਪਾਉਂਦਾ, ਠੀਕ ਹੈ ਜੀ, ਆਪਣਾ ਉਹੀ ਡੋਨੇਟ ਅਸੀਂ ਇਕੱਠੀ ਕਰਕੇ ਸ਼ਾਮ ਨੂੰ ਸਿੱਧਾ ਹੋਸਪਿਟਲ ਲੈ ਕੇ ਜਾਂਦੇ ਹਾਂ, ਜੋ ਆਪਣਾ ਜਿਹੜਾ ਪੇਸ਼ੈਂਟ ਹੁੰਦਾ ਉਹਨੂੰ ਡੋਨੇਟ ਕਰਕੇ ਆਉਂਦੇ ਹਾਂ।